माशाल्लाह मेरे दिल के लड्डू फुट रहे। यह किस तरह लग गया? माशाल्लाह माशाल्लाह लग गया अभी, ये सोना लगता है अभी। माशाल्लाह माशाल्लाह, ये है पाया जी मेरी पसंद का है। अच्छा हाँ जी, सारे थोड़ी पसंद है। बिस्मिल्लाहिर्रहमानिर्रहीम, अस्सलामु अलैकुम। सारे भैन भाई लफा खुश रखे, आबाद रखे। चैनल सब्सक्राइब नहीं किया वो मेरा अली ब्लॉग्स, इन्हें सब्सक्राइब कर लिया जे ताकि हर वीडियो बर वक्त नहीं मिल सके। शाम का खाना छाना खा के सारे काम करके हूँ वेली हुई सी, मेहमान आए सी ते मैं ले सी जेड़ियाँ चीज़ा तो मैं अपने भैनों नूं नहीं दिखा सकी क्योंकि मेहमान आ गए सी। तुसी मेरी पहली वीडियो देखी होनी है ते जेड़ियाँ मैं कपड़े सिलाई होके आए आ वो भी अपने दिखानी आ भैनों नूं। ते ऐ सूट अगे देखिया ਇਹ ਜਿਹੜੇ ਨਹੀਂ ਦੇਖੇ ਉਹ ਦਿਖਾਉਂਦੀ ਹਾਂ। ਔਰੇਂਜ ਸੂਟ ਦੇਖਿਆ ਮੇਰੀਆਂ ਭੈਣਾਂ ਨੇ ਅਤੇ ਉਹ ਨਹੀਂ ਦਿਖਾਉਂਗੀ। ਉਸ ਤੋਂ ਬਾਅਦ ਇਹ ਦੁਪੱਟੇ ਆ, ਇਹ ਸਾਰੇ ਪਿੱਕੇ ਹੋਏ ਆ, ਇਹ ਹਰ ਚੀਜ਼ ਇੱਥੇ ਰੱਖਦੀ ਹਾਂ ਲੇਕਿਨ ਮੇਰੇ ਪਾਸ ਦੋ ਸੂਟ ਰਹਿ ਗਏ ਆ। ਚੌਧਰੀ ਸਾਹਿਬ ਉਹਨਾਂ ਦੇ ਸਿਲਾਈ ਹੋ ਕੇ ਆ ਗਏ ਆ ਅਤੇ ਇਹ ਚੀਜ਼ਾਂ ਜਿਹੜਾ ਨਾ ਸੁਬਾ ਮੈਂ ਕੱਪੜੇ ਪ੍ਰੈਸ ਕਰਨੇ ਆ, ਅਗਲੇ ਦਿਨ ਇਨਸ਼ਾਅੱਲਾ ਇਹਨਾਂ ਦੀ ਵਾਰੀ ਆ। ਸਿਰਫ ਇਕੱਠੀਆਂ ਚੀਜ਼ਾਂ ਜਿਹੜਾ ਉਹ ਕੈਰੀ 'ਚ ਇਸ ਵਾਸਤੇ ਰੱਖਣੀਆਂ ਪਏ ਲਗੇਜ ਵਿੱਚ ਕਿ ਮਤਲਬ ਗੁਆਚਣ ਨਾ। ਛੋਟੀਆਂ ਛੋਟੀਆਂ ਜਿਹੜੀਆਂ ਵੀ ਚੀਜ਼ਾਂ ਨੇ ਸਫ਼ਰ ਦੇ ਰਿਲੇਟਡ ਉਹ ਸਾਰੀਆਂ ਇੱਥੇ ਰੱਖਣੀਆਂ ਪਏ ਅਤੇ ਇਹ ਨਾ ਸਮਝੋ ਕਿ ਬਸ ਧੋਣ ਤੋਂ ਬਗੈਰ ਹੀ ਜਿਹੜਾ ਨੇ ਉਹ ਪੈਕ ਕਰ ਲੈਣੇ ਨੇ। ਟਿੱਡੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਧੋਣੀਆਂ ਨੇ, ਮਤਲਬ ਕੱਪੜੇ ਵਗੈਰਾ, ਟਿੱਡੀ ਵਗੈਰਾ, ਕੱਪੜੇ, ਇਹਰਾਮ। ਹਾਂਜੀ ਹਰ ਚੀਜ਼, ਇਸ ਕਰਕੇ ਵੀ ਆ ਦੇਖੋ ਝੋਲੇ ਸਮੇਤ ਰੱਖੇ ਹੋਏ ਅਲੀ ਦੇ ਕੱਪੜੇ, ਇਹਨਾਂ ਦੇ ਵੀ ਆਪਣਾ ਧੋਣੇ ਆ। ਲੇਕਿਨ ਮੈਨੂੰ ਇਹ ਚੀਜ਼ ਬੜੀ ਪਸੰਦ ਆਈ, ਮੈਂ ਕਿਹਾ ਮਿੰਦੇ ਦੇ ਵਿੱਚ ਮੈਂ ਇਹ ਜਿਹੜਾ ਨਾ ਉਹ ਦੂਸਰੇ ਵਾਸਤੇ ਵੇ ਟੋਇਲੇਟਰੀਜ਼ ਵਾਸਤੇ। ਹਾਂਜੀ ਠੀਕ ਹੋ ਗਿਆ, ਇਹ ਬਹੁਤ ਪਿਆਰਾ ਵਾ। ਔਰ ਇਹ ਮੈਂ ਲੈਸ ਲਗਵਾਈ ਸੀ, ਸੇਮ ਪਿਆਰੀ ਲੱਗ ਰਹੀ ਹੈ ਦੇਖੋ ਨਾ। ਅਤੇ ਇਹ ਕਮੀਜ਼, ਇਹ ਵਾਲਾ ਸੂਟ ਬਾਈ ਸਨਵਰਾ ਨੂੰ ਅਤੇ ਬਹੁਤ ਜ਼ਿਆਦਾ ਪਸੰਦ ਆ, ਆਸੀਆ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ। ਇਹ ਸੂਟ ਵੀ ਸਾਰਿਆਂ 'ਚੋਂ ਮਹਿੰਗਾ ਇਹੀ ਆ। ਇਸ ਤਰ੍ਹਾਂ ਸਿਲਾਈ ਹੋਇਆ, ਕੁਛ ਬਹੁਤ ਪਿਆਰਾ ਸਿਲਾਈ ਹੋਇਆ ਵਾ। ਪਹਿਲੇ ਮੈਂ ਪਾ ਕੇ ਦੇਖੇ ਸੀ ਲੇਕਿਨ ਇਹ ਮੈਂ ਚੈੱਕ ਨਹੀਂ ਕੀਤੇ, ਮੈਂ ਐਵੇਂ ਕਹਾਂ ਮੈਂ ਪਾਏ ਆ, ਮੈਂ ਬਿਲਕੁਲ ਨਹੀਂ ਪਾਏ ਹੈਗੇ। ਔਰੇਂਜ ਕੀਤਾ ਸੀ ਉਹਦੇ ਹਿਸਾਬ ਦੇ ਬਾਜੀ ਨੇ ਸਿਲਾਈ ਕੀਤੇ ਹੋਣੇ ਆ, ਲੇਕਿਨ ਪਾ ਕੇ ਚੈੱਕ ਫਿਰ ਕਿਸ ਦਿਨ ਕਰੂੰਗੀ। ਇਹਨੂੰ ਵਾਈਟ ਲੈਸ ਲਗਵਾਈ ਹੈ, ਮੈਂ ਦੇਖੋ ਇਹ ਵੀ ਪਿਆਰਾ ਲੱਗ ਰਿਹਾ ਮਾਸ਼ਾਅੱਲਾ। ਔਰ ਪਲੇਟ ਪਾਇਆ ਬਾਜੀ ਨੇ, ਮੈਨੂੰ ਪਲੇਟਾਂ ਦੀ ਕਮੀਜ਼ ਪਸੰਦ ਆ, ਫਿਟਿੰਗ ਸੋਹਣੀ ਆਉਂਦੀ ਹੈ। ਫਿਰ ਇਹ ਬਸ ਇਸ ਤਰ੍ਹਾਂ, ਕਿਉਂਕਿ ਭੈਣ ਬਾਈ ਕਾਫੀ ਕਹਿ ਰਹੇ ਸੀ ਕਿ ਮੇਰਾ ਭਾਬੀ ਸਹਿਮਾ ਦੇ ਕੱਪੜੇ ਸਿਲਾਈ ਸੋਹਣੇ ਹੋਏ ਆ, ਤੁਸੀਂ ਵੀ ਉਸ ਤਰ੍ਹਾਂ ਸਿਲਾਈ ਕਰੋ। ਭਾਬੀ ਸਹਿਮਾ ਪਤਲੀ ਜੀ ਹੈ, ਭਾਬੀ ਸਹਿਮਾ ਪਾ ਲੈਂਦੀ ਹੈ, ਲੇਕਿਨ ਮੈਂ ਬਿਮਾਰ ਰਹਿੰਦੀ, ਸ਼ੁਕਰ ਅਲਹਮਦੁਲਿਲਾ ਭਾਬੀ ਸਹਿਮਾ ਅੱਲਾ ਬਖਤ ਤੰਦਰੁਸਤੀ ਦੇਵੇ ਇਹਨੂੰ। ਫਿਰ ਬਾਜੀ ਨੇ ਇਸ ਤਰ੍ਹਾਂ ਦੀ ਲੈਸ ਲਗਵਾਈ। ਹਾਂਜੀ ਭਾਈ, ਇਹ ਵੀ ਬਹੁਤ ਪਿਆਰਾ ਸੂਟ ਆ, ਠੀਕ ਹੋ ਗਿਆ। ਅਤੇ ਇਹ ਸ਼ਲਵਾਰਾਂ ਕੋਈ ਆ ਗਈਆਂ ਵਾ, ਇਹ ਵੀ ਸਾਰੀਆਂ ਤੋਂ ਪੰਜ ਸੂਟ ਸਨ, ਛੇ ਬਸ ਦੋ ਬਾਜੀ ਕੋ, ਇੱਕ ਜਿਹੜਾ ਸੀਗਾ ਲੈਮਨ ਜਿਹਾ ਹੋਰ ਰਹਿ ਗਿਆ ਵਾ, ਤੇ ਇੱਕ ਇਹਦੇ ਨਾਲ ਕੁਰਤੀ ਵਾਲਾ ਸੀ ਨਾ, ਤੇ ਇੱਕ ਇਹਦੇ ਨਾਲ ਦਾ ਸੀ, ਇਹ ਰਹਿ ਗਿਆ ਵਾ ਨਾ, ਇਹਦੀ ਸ਼ਲਵਾਰ ਆ ਗਈ ਆ, ਇਹ ਸ਼ਲਵਾਰ ਆ ਗਈ, ਇਹਦੀ ਕਮੀਜ਼ ਰਹਿੰਦੀ ਆ ਤੇ ਵਾਈਟ ਪੂਰਾ ਰਹਿੰਦਾ ਵਾ, ਤੇ ਇਹਦੀ ਸ਼ਲਵਾਰ ਬਾਜੋ ਕੋ। ਹਾਂਜੀ, ਤੇ ਆ ਬਲੈਕ ਸਾਦਾ ਸ਼ਲਵਾਰਾਂ, ਜਿਸ ਤਰ੍ਹਾਂ ਮੇਰੀਆਂ ਭੈਣਾਂ ਨੇ ਕਿਹਾ ਸੀ ਮੈਂ ਸ਼ਲਵਾਰਾਂ ਹੀ ਸਵਾਈਆਂ ਵਾ। ਦੇਖੋ ਸਾਦਾ ਸ਼ਲਵਾਰਾਂ, ਇਹਨਾਂ ਦਾ ਕੀ ਦਿਖਾਉਣਾ, ਇਹ ਮੈਂ ਹੁਣ ਇਸੇ ਤਰ੍ਹਾਂ ਹੀ ਰੱਖ ਦਵਾਂ, ਫਿਰ ਮੈਂ ਆਪਣੀਆਂ ਬਾਏ ਦਿਖਾਉਂਦੀ ਹਾਂ। ਟੈਮਾਂ ਦੀ ਏਡੀ ਕੋਈ ਨਹੀਂ ਜ਼ਰੂਰਤ, ਨਹੀਂ ਲੋੜ ਹੀ ਕਿਹੜੀ, ਨਹੀਂ ਧੋਣੇ ਹੀ ਆ, ਇਹਨਾਂ ਨੇ ਕਿਹੜੀ ਲੋੜ ਆ ਵਕਤ ਕਰੀ ਜਾਣੀ ਦੀ। ਗੋਸ਼ਮਦੋਲਾ ਕਰਕੇ ਤੇ ਇਸਤਰੀ ਹਲੇ ਧੋ ਕੇ ਫਿਰ ਦੁਬਾਰਾ ਕਰਨਾ, ਇਸਤਰੀ ਪਲਕ ਜਿਹੜੇ ਪਾਣੇ ਆ ਕਿਹਦੇ ਵਿੱਚ ਆ ਮੇਰੇ ਅਬਾਏ, ਇੱਕ ਹੋਰ ਸ਼ਾਪਰ ਸੀਗਾ, ਬਸ ਇਹ ਹੀ ਹੈ ਨਾ ਅਬਾਇਆਂ ਵਾਲਾ ਹੀ, ਤੇ ਜਿਹੜੀਆਂ ਛੋਟੀਆਂ ਪੱਟੀਆਂ ਤੇ ਉਹ ਸਾਰਾ ਕੁਝ ਇਹਦੇ 'ਚ ਹੀ, ਇਹਦੇ 'ਚ ਨਹੀਂ ਹੈ ਸਾਰਾ ਕੁਝ, ਪਤਾ ਨਹੀਂ ਇੱਕ ਹੋਰ ਸ਼ਾਪਰ। ਇੰਨਾ ਕੁ ਮੇਰਾ ਦਾ ਜ਼ਿਹਨ ਕੰਮ ਕਰਦਾ ਵਾ। ਅੱਛਾ, ਇਹਦਾ ਮਤਲਬ ਦਿਮਾਗ ਦਾ ਡਰਾਮਾ ਹੀ ਕਰਨਾ। ਸ਼ੁਕਰ ਅੱਲਾ ਦਾ, ਅੱਲਾ ਪਾਕ ਨੇ ਮੈਂ ਅੱਲਾ ਦੇ ਘਰ ਜਾ ਨਹੀਂ, ਮੈਂ ਕਿਹਾ ਪਤਾ ਨਹੀਂ ਆਂਦੀ, ਸ਼ੁਕਰ ਅੱਲਾ ਦਾ ਹਾਂ ਡਰਾਮਾ ਹੀ ਕਰਨਾ। ਸ਼ਾਮ ਦਾ ਜੀ ਅੱਜ ਹਮੇਰਾ ਮੇਰੇ ਆਈਫੋਨ 'ਚ ਵੀਡੀਓ ਬਣਾ ਰਹੀ ਹੈ ਅਤੇ ਮੈਂ ਉਹਨੂੰ ਆਖਿਆ ਵੀ ਬੰਦਿਆਂ ਤਰ੍ਹਾਂ ਵੀਡੀਓ ਬਣਾਉਣੀ ਹੈ, ਕਿਉਂਕਿ ਜਾਨਵਰਾਂ ਤਰ੍ਹਾਂ ਬਣਾਉਂਦੀ ਨਹੀਂ, ਅੱਗੇ ਸੈਮਸੰਗ ਦੇ 'ਚ ਬਣਾਉਂਦੀ ਹੈ ਅਤੇ ਉਹ ਬਿਊਟੀਆਂ ਛੁੱਟੀਆਂ ਬਥੇਰੀਆਂ ਲੱਗ ਜਾਂਦੀਆਂ। ਸ਼ੁਕਰ ਅੱਲਾ ਦਾ, ਬਣਾਉਣੇ ਵਾਲੇ ਨੂੰ ਅੱਲਾ ਤੰਦਰੁਸਤੀ ਦੇਵੇ। ਅੱਛਾ ਜੀ, ਹੈਂਗਰ ਨਾਲ ਦਿੱਤੇ ਆ ਸਿਆਣੇ, ਇਹ ਤਾਂ ਸਿਰਫ 3 ਬਾਏ ਹੀ ਲਏ ਨੇ, ਬਾਕੀ ਬਹੁਤ ਸਾਰੀਆਂ ਭੈਣਾਂ ਨੇ ਕਿਹਾ ਸੀ ਕਿ ਮੇਰਾ ਭਾਬੀ ਤੁਸੀਂ ਨਾ ਅਬਾਏ ਫਰਾਕ ਵਾਲਾ, ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਫਰਾਕ ਟੈਪ, ਮਤਲਬ ਖੁੱਲ੍ਹਾ ਥੋੜ੍ਹਾ, ਕਿਉਂਕਿ ਮੈਂ ਖੁੱਲ੍ਹੀਆਂ ਚੀਜ਼ਾਂ ਪਸੰਦ ਕਰਦੀ ਹਾਂ, ਔਰ ਇਹ ਖੁੱਲ੍ਹ ਵੀ ਸਕਦਾ ਵਾ। ਪਸ਼ੂ ਵਾਸਤੇ ਮੇਰੀਆਂ ਭੈਣਾਂ ਨੇ ਕਿਹਾ ਸੀ ਓਪਨ ਨਹੀਂ,
ਕਮੈਂਟ ਆਏ ਸੀਗੇ ਆ ਦੇਖੋ ਇਹ ਖੁੱਲ ਵੀ ਸਕਦਾ ਵਾ ਤੋੜ ਤਿੱਕਰ ਤੇ ਉਸ ਤੋਂ ਹਟ ਕੇ ਵੀ ਆ ਦੇਖੋ ਨਾ ਨੀਚੇ ਉੱਪਰ ਨਾ ਇਹ ਕਲਰ ਵੀ ਬਹੁਤ ਪਿਆਰਾ ਵਾ ਔਰ ਚੇਂਜ ਲਏ ਕਲਰ ਔਰ ਬਾਜ਼ੂ ਵੀ ਖੁੱਲੇ ਆ ਭਾਈ ਕਹਿ ਰਹੇ ਸੀ ਭਾਜੀ ਅਗਰ ਤੁਸੀਂ ਜੋਂਟਾਂ ਵਾਲੇ ਬਾਜ਼ੂ ਲਓਗੇ ਨਾ ਤੇ ਤੁਹਾਨੂੰ ਵਜ਼ੂ ਵਾਸਤੇ ਮਸਲਾ ਬਣੇਗਾ ਤੇ ਇਸ ਕਰਕੇ ਇਸ ਤਰ੍ਹਾਂ ਦਾ ਕੁਛ ਇੱਕ ਆ ਲਿਆ ਵਾ ਕਲਰ ਸਹੀ ਆ ਰਿਹਾ ਵਿੱਚ ਰਿਜ਼ਲਟ ਆਈਫੋਨ ਦੇ ਆਈਫੋਨ ਹੈ ਬਿਊਟੀ ਤਾਂ ਨਹੀਂ ਲੱਗੀ ਕੋਈ ਨਹੀਂ ਜੀ ਅੱਛਾ ਅੱਛਾ ਜੀ ਇਹ ਖੁੱਲਾ ਥਲਿਓ ਇਹਦੇ ਵਿੱਚ ਜੋ ਹੈ ਸੋ ਹੈ ਹਾਂਜੀ ਇੱਕ ਇਹ ਹੋ ਗਿਆ ਔਰ ਉਸ ਤੋਂ ਬਾਅਦ ਆ ਜਾਂਦਾ ਹਲਕਾ ਕਲਰ ਇੱਕ ਮੈਂ ਇਹਨਾਂ ਨੇ ਕਿਹਾ ਸੀ ਬਲੈਕ ਲਿਓ ਇਹ ਵੀ ਬਹੁਤ ਪਿਆਰਾ ਵਾ ਮੈਨੂੰ ਪਸੰਦ ਆ ਇੱਕ ਪਸੰਦ ਹੋਰ ਕੀਤਾ ਸੀ ਲੇਕਿਨ ਉਹਨੂੰ ਦਾਗ ਸੀਗਾ ਇਹ ਵੀ ਫਿਰ ਬਹੁਤ ਪਿਆਰਾ ਸੀ ਉਹਦੇ ਵਿੱਚ ਕਲਰ ਫਿਰ ਚੇਂਜ ਲਿਆ ਵਾ ਇਹ ਅੱਗਿਓਂ ਤਣੀਆਂ ਵਾਲਾ ਮੈਨੂੰ ਤਣੀਆਂ ਵਾਲਾ ਬਹੁਤ ਬੈਲਟ ਪਸੰਦ ਆ ਮੈਂ ਕਾਫੀ ਭੈਣਾਂ ਦੇ ਪਾਏ ਦੇਖ ਕੇ ਸੋਹਣੇ ਲੱਗਦੇ ਭੈਣਾਂ ਨੂੰ ਮੇਰੀ ਤਾਂ ਮਾਸ਼ਾਅੱਲਾ ਪਸੰਦ ਆ ਅਲੀ ਨੂੰ ਵੀ ਇਹ ਬਹੁਤ ਜ਼ਿਆਦਾ ਪਸੰਦ ਆਏ ਸੀਗੇ ਮੈਨੂੰ ਵੀ ਸਾਰੇ ਅਲੀ ਦੇ ਪਸੰਦ ਹੀ ਆ ਮੈਂ ਉਹੀ ਚੀਜ਼ ਪਾਉਂਦੀ ਹਾਂ ਜਿਹੜੀ ਮੈਂ ਉਹੀ ਚੀਜ਼ ਪਾਉਂਦੀ ਹਾਂ ਜਿਹੜੀ ਅਲੀ ਨੂੰ ਪਸੰਦ ਹੋਵੇ ਬੜੀ ਗੱਲ ਕੀਤੀ ਜੀ ਅੱਲਾ ਦਾ ਸ਼ੁਕਰ ਨਹੀਂ ਮੈਂ ਨਹੀਂ ਪਾਉਂਦੀ ਅੱਛਾ ਝੂਠ ਨਹੀਂ ਬੋਲਣਾ ਰੋਜ਼ੀ ਵਾਲਾ ਫੋਨ ਤੁਹਾਡੇ ਕੋਲ ਪਾਉਂਦੀ ਹਾਂ ਨਾ ਹਾਂ ਅੱਛੀ ਬੀਵੀ ਆ ਅੱਛਾ ਇਹ ਵੀ ਬਥੇਰਾ ਖੁੱਲ੍ਹਾ ਥੱਲਿਓ ਤੇ ਖੁੱਲ੍ਹੇ ਹੀ ਹੁੰਦੇ ਨੇ ਕਿ ਹੋਰ ਹਾਂਜੀ ਫਿਰ ਆਪਾਂ ਇਹਦੇ ਬਾਜ਼ੂ ਕੁਛ ਇਸ ਤਰ੍ਹਾਂ ਵਾ ਇਹ ਥੋੜ੍ਹੇ ਮਤਲਬ ਇਹਦੇ ਬਹੁਤੇ ਖੁੱਲ੍ਹੇ ਆ ਇਹਦੇ ਇਹ ਹੋਰ ਸਟਾਈਲ ਇਹਦੇ ਵੀ ਮਤਲਬ ਵਜ਼ੂ ਕਰਨੇ ਵਾਸਤੇ ਸਹੀ ਆ ਉੱਪਰ ਜਾਣਗੇ ਮੇਰੇ ਬਾਜ਼ੂ ਮੇਰੇ ਸਿਹਤ ਦੇ ਮੁਤਾਬਕ ਇੰਨੇ ਮੋਟੇ ਇੱਕ ਨਹੀਂ ਹੈ ਰਾਤੀ ਇੱਕ ਭੈਣ ਦਾ ਕਮੈਂਟ ਸੀ ਕਿ ਬਾਜੀ ਮੈਂ ਇੱਥੋਂ ਹੀ ਇਸੇ ਦੁਕਾਨ ਤੋਂ ਲਿਆ ਸੀ ਸਾਊਦੀਆ 'ਚ ਰਹਿੰਦੇ ਨੇ ਅੱਛਾ ਸਾਡੇ ਫਤਿਹਪੁਰ ਦੇ ਤੇ ਉਹਨਾਂ ਦੇ ਕੱਪੜੇ ਨਹੀਂ ਸਹੀ ਨਿਕਲੇ ਅੱਗੋਂ ਇਹਨਾਂ ਦੇ ਵੇਖੋ ਕੀ ਹਿਸਾਬ ਹੈ ਦੁਕਾਨ ਵਾਲੇ ਕਹਿੰਦੇ ਸੀ ਸਾਰਾ ਨਿਦਾ ਦਾ ਕੱਪੜਾ ਹਾਂਜੀ ਆ ਉੱਤੇ ਕੁਛ ਲਿਖਿਆ ਹੋਇਆ ਵਾ ਕੀ ਲਿਖਿਆ ਹੋਇਆ ਹੈ ਨਈਮ ਅਲ ਅਬਾਯਾਤ ਬਸ ਠੀਕ ਹੈ ਲਿਖਣ ਛੱਡ ਤੂੰ ਜਿਵੇਂ ਵਿਖਾ ਇਹ ਦੂਸਰਾ ਹੋ ਗਿਆ ਤੇ ਇਹਦਾ ਓਪਨ ਨਹੀਂ ਹੈ ਦੂਸਰੀ ਤਰ੍ਹਾਂ ਤੁਸੀਂ ਲੋਕ ਕਹਿ ਰਹੇ ਕਿ ਜਾਣਾ ਨਹੀਂ ਹੈ ਜਿਹੜੀ ਸ਼ੋਪਿੰਗ ਕਰ ਰਹੀ ਹੈ ਅਸੀਂ ਕਿਹੜਾ ਵੀ ਇੱਥੇ ਘਰ ਪਾ ਕੇ ਫਿਰਨਾ ਵਾ ਅਸੀਂ ਇਨਸ਼ਾਅੱਲਾ ਜਾ ਰਹੇ ਹਾਂ ਸੋਨੇ ਦਾ ਬੁਲਾਵਾ ਇਹ ਵੀ ਜੀ ਓਪਨ ਆ ਸਾਰੇ ਭੈਣ ਭਾਈ ਡੇਟਾਂ ਪੁੱਛ ਰਹੇ ਨੇ ਕਿ ਕਿਸ ਡੇਟ ਨੂੰ ਵਾਲੀ ਬਾਈ ਤੁਹਾਡੀ ਫਲਾਈਟ ਹੈ ਤੇ ਇਸ ਮਾਹ ਦੇ ਬਿਲਕੁਲ ਐਂਡ ਤੇ ਹਾਂਜੀ ਇਹ ਦੇਖੋ ਇਹ ਚੋਂਟਾਂ ਔਰ ਇਹ ਬਾਜ਼ੂ ਥੋੜੇ ਇਸ ਤਰ੍ਹਾਂ ਚੋਂਟਾਂ ਨਹੀਂ ਹੁੰਦੀਆਂ ਚੋਣਾਂ ਹੁੰਦੀਆਂ ਚੋਣਾਂ ਅੱਛਾ ਇਹ ਬਾਜ਼ੂ ਦਿਖਾਓ ਇਸ ਤਰ੍ਹਾਂ ਇਹ ਲਾ ਦਾਂ ਨਹੀਂ ਰਹਿ ਰਹਿੰਦੇ ਤੈਨੂੰ ਕੀ ਆਂਦੇ ਨਤੋਣ ਲੱਗਿਆ ਫਿਰ ਲਾਂਗੇ ਔਰ ਰਹਿਣ ਦੇ ਇਹ ਅੱਛਾ ਮੈਂ ਇੱਧਰ ਬਾਜ਼ੂ ਦਿਖਾਉਂਦੀ ਹਾਂ ਸਹੀ ਬਾਜ਼ੂ ਵੀ ਨਹੀਂ ਦੇਖ ਰਿਹਾ ਇਹ ਦੂਜਾ ਜਿਹੜਾ ਕਫ ਟਾਈਪ ਦਾ ਹਾਂਜੀ ਜਿਵੇਂ ਕਫ ਨਹੀਂ ਇਸ ਤਰ੍ਹਾਂ ਬਾਜ਼ੂ ਔਰ ਇਹਨੇ ਵਿੱਚ ਚੋਣਾ ਵਾ ਔਰ ਇਸ ਤਰ੍ਹਾਂ ਇਹ ਵੀ ਨੀਚੇ ਓਪਨ ਹੈ ਇਹਦੇ ਬਟਨ ਥੋੜ੍ਹੇ ਹੋਰ ਸਭ ਦੇ ਔਰ ਇੱਥੇ ਵੀ ਚੋਣਾਂ ਆ ਰਹੀਆਂ ਔਰ ਕਮੈਂਟ 'ਚ ਲਾਜ਼ਮੀ ਦੱਸਿਓ ਕਿ ਮੇਰੀਆਂ ਭੈਣਾਂ ਸਭ ਤੋਂ ਜ਼ਿਆਦਾ ਪਹਿਲੇ ਨੰਬਰ ਵਾਲਾ ਦੂਸਰੇ ਨੰਬਰ ਵਾਲਾ ਮਹਿਰੂਨ ਜਿਹਾ ਕ੍ਰੀਮ ਕਲਰ ਔਰ ਇਹ ਕਿਹੜਾ ਮਤਲਬ ਮੇਰੀਆਂ ਭੈਣਾਂ ਨੂੰ ਪਸੰਦ ਆ ਸਹੀ ਹੋ ਗਿਆ ਇਹ ਬਟਨ ਖੋਲ ਕੇ ਦਿਖਾਵਾਂ ਨਹੀਂ ਕਿਹੜੀ ਲੋੜ ਪਾ ਕੇ ਚੈੱਕ ਕਰਾਂਗੇ ਨਾ ਉਹ ਰਹਿਣ ਦੇ ਪਾ ਕੇ ਛੱਡ ਤੂੰ ਦੇਖਾ ਲੰਬੇ ਤਾਂ ਨਹੀਂ ਥੋੜੇ ਨਹੀਂ ਲੰਬੇ ਬਿਲਕੁਲ ਠੀਕ ਨੇ ਤੇ ਪਾ ਕੇ ਚੈੱਕ ਕਰਕੇ ਲਿਆਂਦੇ ਮੈਂ ਕਿੱਥੇ ਨਹੀਂ ਐ ਉਹ ਕ੍ਰੀਮ ਕਲਰ ਨਹੀਂ ਪਾਇਆ ਨਹੀਂ ਪਾਇਆ ਹੋਏ ਅੱਗੇ ਚੱਲ ਤੂੰ ਬਸ ਆ ਜਾ ਬਸ ਕਿਉਂ ਬਸ ਕਿਉਂ ਚੋਲਾ ਹੁਣੇ ਮੈਨੂੰ ਕਿੱਥੇ ਮੇਰਾ ਜ਼ਿਹਨ ਠੀਕ ਹੈ ਮੈਂ ਪਾਰਸਲ ਵੀ ਦਿਖਾ ਦਾਂ ਪਾਰਸਲ ਵੀ ਦਿਖਾ ਦੇ ਚੱਲ ਜੀ ਇਹ ਵੀ ਇੱਕ ਭੈਣ ਦਾ ਕਮੈਂਟ ਆਇਆ ਸੀ ਇੱਕ ਮਿੰਟ ਨਹੀਂ ਇੰਸਟਾਗ੍ਰਾਮ 'ਤੇ ਮੈਸੇਜ ਆਇਆ ਸੀ ਕਹਿ ਲਈ ਭਾਈ ਵਹਾਂ ਪੇ ਇਨ ਮੌਜ਼ੂ ਕੀ ਜ਼ਰੂਰਤ ਪੜੇਗੀ ਹਾਂਜੀ ਇਹ ਵੀ ਲਏ ਅਸੀਂ ਉਹ ਦੂਸਰੇ ਮੌਜ਼ੇ ਲਏ ਸੀ ਨਾ ਸਾਨੂੰ ਕਿਹੜਾ ਪਤਾ ਜਰਾਬਾਂ ਟਾਈਪ ਦੇ ਹਾਂਜੀ ਤੇ ਉਹ ਸਿਸਟਰ ਨੇ ਕਿਹਾ ਸੀ ਕਹਿ ਲਈ ਭਾਈ ਇਨ ਚੀਜ਼ੋਂ ਕੀ ਜ਼ਰੂਰਤ ਇਸ ਮੌਜ਼ੇ ਕੀ ਜ਼ਰੂਰਤ ਪੜੇਗੀ ਵਹਾਂ ਪੇ ਤੋ ਫਿਰ ਹਮਨੇ ਇਹ ਮੈਨੇ ਆਨਲਾਈਨ ਸੈਜ਼ ਇੱਕ ਹੀ ਮੰਗਵਾਇਆ ਹੈ ਆਨਲਾਈਨ ਮੰਗਵਾਇਆ ਤੇੜਾ ਮੇਰਾ ਸੇਮ ਹੀ ਹੈ ਹਾਂ ਠੀਕ ਹੋ ਗਿਆ ਹੈ ਬਹੁਤ ਸੌਫਟ ਆ ਮਾਸ਼ਾਅੱਲਾ ਵੱਡੇ ਨੇ ਅਲੀ ਇਹ ਤਾਂ ਮੈਂ ਘਰ ਵੀ ਪਾ ਕੇ ਕੰਮ ਕਰਾਂ ਉਹ ਖੁਦਾ ਦਾ ਨਾਮ ਆ ਨੂੰ ਘਰ ਪਾ ਕੇ ਕੰਮ ਕਿੰਨੇ ਕੁ ਮਹਿੰਗੇ ਹੈ ਕਿੰਨੇ ਕੁ ਮੇਰੇ ਖਿਆਲ 300 ਤੱਕ 350 ਤੱਕ ਫਿਰ ਤਾਂ ਦੂਸਰੀਆਂ ਜੁੱਤੀਆਂ ਨਾਲੋਂ ਸਸਤੇ ਆ ਓਏ ਜੁੱਤੀ ਥੋੜੀ ਜੇ ਮੈਂ ਕਹਿ ਰਹੀ ਹਾਂ ਕਿ ਘਰ ਮੇਰੀਆਂ ਜਿਸ ਤਰ੍ਹਾਂ ਅੱਡੀਆਂ ਦੋਸੀਆਂ ਬਸਨਵਰਾ ਵਾਸਤੇ ਵੀ ਕਹਿ ਰਹੀ ਹਾਂ ਬਸਨਵਰਾ ਜੁੱਤੀ ਦੇ ਵਿੱਚੋਂ ਪਾ ਲਿਆ ਕਰਨ ਹਾਂ ਜੁੱਤੀ ਤੇ ਵਿੱਚੋਂ ਪੈ ਸਕਦੇ ਨੇ ਹਾਂ ਬਿਲਕੁਲ ਇਹ ਕਹਿ ਰਹੀ ਹਾਂ ਵੀ ਬਾਜ ਜਿਹੜੀਆਂ ਪੱਟੀਆਂ ਲਪੇਟਦੀ ਉਹ ਉਹ ਤੋਂ ਜਾਨ ਛੁੱਟ ਜੇ ਇਹ ਕਹਿਣੀ ਹੈ ਬਿਲਕੁਲ ਚਲੋ ਬਾਜੋ ਵਾਸਤੇ ਫਿਰ ਛੋਟਾ ਸਾਈਜ਼ ਮੰਗਵਾਉਂਦੇ ਨੇ ਹਾਂਜੀ ਬਾਜੋ ਵਾਸਤੇ ਆਰਡਰ ਕਰ ਦਿਆ ਦੋ ਕਰ ਦਿਆ ਜੀ ਤੇ ਚੱਲ ਅੱਗੇ ਚੱਲ ਅੱਗੇ ਇਹ ਦੇਖੋ ਨਾ ਵਿੱਚੋਂ ਸੌਫਟ ਆ ਇਸ ਤਰ੍ਹਾਂ ਦੇ ਉਹ ਪਤਾ ਹੈ ਸੌਫਟ ਐ ਲੈ ਇਹ ਦੇਖੋ ਬਿਲਕੁਲ ਸੌਫਟ ਆ ਵਿੱਚੋਂ ਇਹ ਤੇ ਸੋਹਣੇ ਬੜੇ ਮੈਨੂੰ ਬੜੇ ਪਸੰਦ ਆਏ
अच्छा जी, ए सारे चौह छावा हाँ ये दे भी वही ने। अच्छा कट लीए कि ये की करना बोरा जी, ये चीज़ा हो गई। उस तो बाद ये बिल दिखा दो किन्ना किन्ना बिल। अच्छा जी, उस तो बाद भैया मेरी ने क्या स्टॉल। हाँ जी हिजाब एक होर भी है, वो मैं देखा कितने और फिर मैं कट्ठे दिखानी हूँ। अच्छा जी, ये किसे दिन पहला ले आंदा सी? हाँ जी ये पहले आंदा सी, इसे दुकान तो ही आंदा सी। ये उधर ना हो जिस दिन उधर एक बारी अब हाँ जी पा के। हाँ जी फिर मैं कभी ये तो नहीं वीडियो बना के सारी निकले तो कुछ लगो ना दुकान तो। अच्छा जी कल जी तो अंदर वड़िया सी तेन कूर कूर के वेखदा सी भाई जितों भाई दा अपना हैगा वा ना पता नहीं की टिकटॉक ते कुछ। अच्छा अच्छा हाँ जी इस करके कूर कूर के वेखदा सी बीबी अज देर आ गई नहीं उस दिन मैं लेके आई बना के ते वीडियो बना के टुर जंदी ते चीजा नहीं लेंदी। हाँ जी है उस दिन मैं लेके आई 500 के 550 दा क्योंकि हमारा दी ये आदत है वीडियो बना के सारा कुछ खुलवा के दुकानदार को ते घर आ जाना बाद में नहीं जी पसंद आई हो तो मैं लेके भी आनी हूं। उस दिन एक पसंद आया लेके आई सी ना नरम जिया बड़ा प्यारा है भी। जेड़ा ना जेड़ा मर्जी ले लो कोई ते फर्क नहीं जेड़े नाल जेड़ा डार्क नाल लाइट लईदे ने मैं वेखना ना ते लाइट अबाया नाल जेड़ा वो डार्क। अच्छा उस्ताद जी एक मिनट की इधरों सीधा वो एक कै वाला एदे विच भी जेड़ा ना थोड़ा थोड़ा डिजाइन नजर आ रहा विच। अच्छा जी लास्ट किन्ने हो गए मेरे? एक पांच ने टोटल है एक पहले ने ते चार ने चार कर लिया इसे मिंजू पता है ਇਹਨੇ ਬੈਲ ਦਿੱਤਾ ਉਹਨੂੰ ਜ਼ਿਆਦਾ ਯਾਦ ਰਹਿੰਦਾ। ਹਾਂਜੀ ਪੰਜ ਹਾਂ ਇਹ ਵੀ ਮੇਰਾ ਫੇਵਰਟ ਕਲਰ ਹਲਕਾ ਜਿਹਾ ਟੀ ਪਿੰਕ ਜਿਹਾ ਬੇਬੀ ਪਿੰਕ ਇੱਕ ਟੀ ਪਿੰਕ ਜਿਹੜਾ ਵਾ ਕਈ ਸ਼ੇਡਾਂ ਦਿੰਦਾ ਪਿਆ ਲਾਈਟ ਤੇ ਇਹਦੇ ਵਿੱਚ ਵੀ ਆ ਦੇਖੋ ਨਾ ਕਿੰਨੀ ਪਿਆਰੀ ਚਮਕ ਲੈਣੇ ਵੀ ਆਉਂਦੇ ਨੇ ਕਿ ਨਹੀਂ ਬੁੱਕਲ ਇਹਨੂੰ ਮਾਰ ਲਵਾਂ ਲੈਣੇ ਆਉਂਦੇ ਆ ਨੀਚੇ ਦੁਪੱਟਾ ਨਾ ਮੇਰੇ पहले तो नीचे वो बट्टी बननी है ना नहीं तो पिन तेन पेन भी लेके जानी पड़ी पिन नहीं मैं लेनी मेरे चोप दी गया चोप दी तो खेच दौड़ बड़ी होंगी। हाँ खेच दौड़ बड़ी होंगी ए देखो माशाल्लाह मेरे दिल से लड्डू फुट रहे तो हूँ मैं घर ये चीज़ इस तरह पाई है तो मैंने इन्नी खुशी हो रही है तो जिस दिन मैं अल्लाह के घर गई मैंने इन्नी खुशी होएगी मैं जिस दिन इस तरह तैयारी की है देखो जी मेरिया भैन मैंने दसा जी भी मैं ए वाला जी नीचे लाई पट्टी सही लाई है क्योंकि मैं कभी नहीं लाई तो ना मैं पता वा ना मैं कभी गौन पाया तो ना मैं पता तो ए वाला गौन तो बिल्कुल सही आ ते मेरिया भैन दसन भी क्योंकि गिट्टे नहीं औरतों के नज़र आने चाहिए थोड़ा लंबा ही सही होंगे वा कपड़े आते हाँ जी ए, भाई कहते जे अगर थानू लंबा लगे तो थोड़ा तुम कट के पीको मेरा एक पहला गौन आ वो मैं अपना कट के इतने कराया तो मैं हूँ पाती नहीं हैगी तो उत्थे ना औरत के गिट्टे नहीं नज़र आने चाहिए और दस्यो मैं किस तरह की लग रही हूँ सही लग रही थानू ड्रेस दी ते बात ही क्या नहीं तुसी दसो सही मैं लग्या पाया माशाल्लाह बहुत प्यारा बहुत प्यारा माशाल्लाह मैं भी शीशा देखा माशाल्लाह मैं कितनी सोहनी लग रही हूँ पाक तेरा लख लख शुक्र है। जिस तरह मेरे भाणजे ने कल मैंने मैसेज किया यान ने आंटी जी मैं इन्ना खूबसूरत लगन अच्छा जी ए हो गया तो इस टॉलर के कलर जेड़े रेशमी से ना मैं कभी उन्होंने वाल ना नजर आने इस करके फिर मैं तो गर्मी बहुत ज़्यादा फिर मैं जो बरीक स्टफ के बच्चे ना मतलब सोहने नरम सॉफ्ट सॉफ्ट वो ले जिस तरह बंदे नाल लग जाए तो एक तेन पिन्ना लाजमी लैनिया पैनी पिन्ना ले लूँगी पिन्ना नहीं बक्सुए नहीं फिर निकलते नहीं। अच्छा चलो ले लूँगी एक काफ़ी मैं स्किन कलर लिया वा एक ब्लैक लिया वा एक का लिया वा तो एक वाइट लिया सीगा। हाँ जी ये मैं कभी जेड़ा जेड़ा ना ब्लैक एन ए भी ब्लैक आ जाना वा ए जो मर्जी ला लो
ਇਹਦੇ ਨਾਲ ਵੈਸੇ ਮੈਂ ਸਕਿਨ ਲਿਆ ਸੀ, ਇਹਦੇ ਨਾਲ ਸਕਿਨ ਲਿਆ ਸੀ ਅਤੇ ਬਲੈਕ ਇਹਦੇ ਨਾਲ ਲਿਆ ਸੀਗਾ ਬਲੂ, ਅਤੇ ਆਰਸੀ ਇੱਥੇ ਕੁਛ ਇਹਦੇ ਨਾਲ ਲਿਆ ਸੀ। ਹਾਂਜੀ ਅਤੇ ਇਹ ਵੀ ਇੱਕ ਕਲਰ ਹੈਗਾ, ਇਹ ਵੀ ਬੜਾ ਹੀ ਸੋਹਣਾ ਵਾ ਕੋਈ। ਇਹਦੇ ਨਾਲ ਬਲੈਕ ਥੱਲਿਓਂ ਦੀ ਲੈ ਲਵਾਂ। ਹਾਂਜੀ ਇਹ ਜ਼ਿਆਦਾ ਪਿਆਰਾ ਹੈ ਮਾਸ਼ਾਅੱਲਾ। ਲੇਕਿਨ ਇਹ ਇਹਦੇ ਨਾਲ ਸਹੀ ਰਹਿਣਾ, ਇਹਦੇ ਨਾਲ ਸਹੀ ਰਹਿਣਾ। ਲੇਕਿਨ ਇਹ ਜਦੋਂ ਜ਼ਿਆਦਾਤਰ ਨਾ ਤੂੰ ਇਹ ਬਲੈਕ ਅਬਾਇਆ ਅਤੇ ਆਹ ਇਸਤੇਮਾਲ ਕਰਨਾ। ਅੱਛਾ ਹਾਂ, ਜੇ ਸਾਡੇ ਕੋਲ ਆਉਂਦੀ ਵਾਰੀ ਵਜ਼ਨ ਵੱਧ ਗਿਆ ਤੇ ਹਮੇਰਾ ਨੂੰ ਸਾਰੇ ਅਬਾਏ ਸਾਰੇ ਅਬਾਏ ਸਾਰੇ ਕੱਪੜੇ ਸਾਰੇ ਕੱਪੜੇ ਪਵਾ ਕੇ ਤੈਨੂੰ ਜਹਾਜ਼ ਦੀ ਸੀਟ ਤੇ ਪਾ ਦੇਣਾ, ਮੈਂ ਫਿਰ ਤੁਰੂੰਗੀ। ਅੱਛਾ ਜੀ ਮੈਨੂੰ ਦੱਸਿਓ ਮੈਨੂੰ ਕਿਹੜਾ ਸਟੋਰੇਜ ਸਭ ਤੋਂ ਜ਼ਿਆਦਾ ਪਿਆਰਾ ਲੱਗਿਆ। ਆਹ ਮੈਨੂੰ ਬੜਾ ਪਸੰਦ ਆਇਆ ਸੀ। ਇਸਲਾਮਿਕ ਡਰੈਸ ਦੀ ਬਾਤ ਹੀ ਕਿਹਾ, ਸੋਹਣੀ ਲੱਗਦੀ। ਬਸ ਇੱਕ ਰਹਿ ਗਿਆ ਆਹ ਵੀ ਮੈਨੂੰ ਬਹੁਤ ਪਸੰਦ ਆਇਆ ਕਲਰ। ਅੰਮਾ ਜੀ ਕਿੱਦਾਂ ਕਰਕੇ ਕਹਿੰਦੇ ਆ ਕਲਰ ਆਪਣੇ ਅੰਮਾ ਜੀ? ਸਾਡੇ ਅੰਮਾ ਜੀ ਕੈਟ ਅੰਗਰੇਜ਼ੀ ਬੋਲਦੇ। ਹਾਂਜੀ ਉਹਨਾਂ ਦੇ ਸਾਰੇ ਬੱਚੇ ਮਾਸ਼ਾਅੱਲਾ ਯੂਟਿਊਬ ਪਰ। ਅੱਛਾ ਤਾਂ ਬਸ ਅੰਗਰੇਜ਼ੀ ਬੋਲਦੇ। ਵਾਹ ਜੀ ਵਾਹ। ਇਹ ਵੀ ਸਹੀ ਲੱਗਿਆ ਨਾ। ਸਭ ਤੋਂ ਪਿਆਰਾ ਕਿਹੜਾ ਸਟੋਲਰ ਲੱਗਿਆ ਮੈਨੂੰ? ਪਤਾ ਨਹੀਂ ਹੁਣ ਮੈਨੂੰ ਇੰਨਾ ਯਾਦ, ਸਾਰੇ ਹੀ ਸੋਹਣੇ ਨੇ ਮਾਸ਼ਾਅੱਲਾ। ਇਹ ਕਿਸ ਤਰ੍ਹਾਂ ਦਾ ਲੱਗਿਆ? ਮਾਸ਼ਾਅੱਲਾ ਮਾਸ਼ਾਅੱਲਾ ਲੱਗਿਆ ਵੀ, ਨਹੀਂ ਸੋਹਣਾ ਲੱਗਦਾ ਵੀ। ਤੁਸੀਂ ਕਹਿੰਦੇ ਸੀ ਨਹੀਂ ਸੋਹਣਾ ਲੱਗਣਾ, ਸੋਹਣਾ ਹੋਇਆ ਵੀ ਬਹੁਤ ਪਿਆਰਾ ਵਾ। ਇਸ ਤਰ੍ਹਾਂ ਦੇ ਕਈ ਕੁੜੀਆਂ ਨੇ ਪਾਏ ਹੋਏ ਆ। ਮਾਸ਼ਾਅੱਲਾ ਮਾਸ਼ਾਅੱਲਾ, ਇਹ ਪਾਇਆ ਜੀ ਮੇਰੀ ਪਸੰਦ ਕਾ ਹੈ। ਅੱਛਾ ਹਾਂਜੀ ਸਾਰੇ ਤੁਹਾਡੀ ਪਸੰਦ ਦੇ। ਇਹਦੇ ਬਾਅਦ ਕੁਛ ਇਸ ਤਰ੍ਹਾਂ ਦੇ, ਇਹ ਤਾਂ ਮਿਰਚੀ ਸਟੈਲ, ਮਿਰਚੀ ਸਟੈਲ ਸੋਹਣਾ ਲੱਗਾ ਵਾ। ਅੱਛਾ ਜੀ ਇਹ ਸਾਡੀ ਥੋੜ੍ਹੀ ਜਿਹੀ ਸ਼ੋਪਿੰਗ ਤੇ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ ਚੀਜ਼ਾਂ ਦਾ। ਇੱਥੇ ਕੀ ਜਿਹੜੀ ਜਾਣੇ ਦੀ ਖੁਸ਼ੀ ਹੈ ਨਾ, ਬਿਲਕੁਲ ਅਸਲ ਚੀਜ਼ ਹਰ ਚ ਮੈਂ ਪੁੱਠੀ ਕਰ ਕਰ ਲੱਗੀ ਹੈ, ਮੈਂ ਕਿਹਾ ਵੀ ਧੋਣੇ ਆ ਉਲਟੇ ਕਰਕੇ ਧੋਣਗੇ ਇਹ ਵਿੱਚ ਹੀ ਰੱਖ। ਹਾਂਜੀ ਤੇ ਇਹ ਵਾਲੇ ਸਟੋਲਰ ਦੀ ਵਾਰੀ ਨਹੀਂ ਆਈ ਗਰੀਬ ਦੀ। ਬਸ ਠੀਕ ਹੈ ਤੇ ਅੱਛਾ ਜੀ ਕਮੈਂਟ 'ਚ ਲਾਜ਼ਮੀ ਦੱਸਿਓ ਕਿ ਬਾਏ ਕਿਸ ਤਰ੍ਹਾਂ ਦੇ ਲੱਗੇ ਆ। ਜਿਸ ਤਰ੍ਹਾਂ ਦੇ ਇੱਥੋਂ ਮਿਲਦੇ ਸੀ ਉਸੇ ਤਰ੍ਹਾਂ ਦੀ ਮੇਰੀ ਭੈਣ ਅਸੀਂ ਲੈ ਲਏ ਆ। ਕਾਫੀ ਭੈਣਾਂ ਕਮੈਂਟ ਕਰ ਰਹੀਆਂ ਸੀ ਭੈਣਾਂ ਮੇਰਾ ਇੱਥੋਂ ਕੰਮ ਲਿਓ ਅਤੇ ਉੱਥੇ ਜਾ ਕੇ ਤੁਸੀਂ ਨਾ ਲੈ ਲਿਓ, ਬਿਲਕੁਲ ਨਾਲ ਨਜ਼ਦੀਕ ਦੁਕਾਨ ਆ ਉੱਥੋਂ ਭੋੜ ਅੱਛੇ ਅੱਛੇ ਮਿਲਦੇ ਦੁਕਾਨਾਂ ਨੇ ਹੈ ਦੁਕਾਨ ਨਹੀਂ ਦੁਕਾਨਾਂ ਨੇ ਉੱਥੇ। ਹਾਂਜੀ ਕਾਫੀ ਦੁਕਾਨਾਂ ਮਤਲਬ ਉੱਥੋਂ ਅੱਛੇ ਮਿਲਦੇ ਆ, ਸਸਤੇ ਵੀ ਆ ਅਤੇ ਬਹੁਤ ਪਿਆਰੇ ਪਿਆਰੇ ਵੀ, ਮਤਲਬ ਦਿਲ ਕਰਦਾ ਸਾਰੀ ਬੰਦਾ ਦੁਕਾਨ ਖਰੀਦ ਲਵੇ, ਇੰਨੇ ਇੰਨੇ ਖੂਬਸੂਰਤ ਆ। ਅਤੇ ਫਿਰ ਇੱਥੋਂ ਮੈਂ ਕੁਛ ਤਾਂ ਲੈ ਕੇ ਜਾਣਾ ਸੀ ਨਾ, ਅਤੇ ਮੈਂ ਕਿਹਾ ਵੀ ਹੁਣ ਚੌਕ ਆਜ਼ਮ 'ਤੇ ਕੌਣ ਜਾਵੇ ਉੱਥੇ ਵੀ ਇਹੀ ਮਾਲ ਹੋਣਾ ਵਾ। ਨਹੀਂ ਸਾਡੇ ਫਤਿਹਪੁਰ ਨੂੰ ਤੁਸੀਂ ਇਹ ਕੁਛ ਨਹੀਂ ਸਮਝਦੀ, ਬੱਲੇ 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 ਹਾਂ ਚੌਕ ਆਜ਼ਮ 'ਤੇ ਮੇਰੇ ਦੋਨੇ ਸ਼ਹਿਰ ਆ ਮੇਰਾ, ਉੱਧਰੋਂ ਪੇਕਿਆਂ ਲੋਂ ਪੇਕਿਆਂ ਇਹ ਆ। ਇਹ ਨਹੀਂ ਵੀ ਬੰਦਾ ਉਹ ਚੌਕ ਆਜ਼ਮ ਵੀ ਖੂਬਸੂਰਤ ਆ, ਹਰ ਸ਼ਹਿਰ ਖੂਬਸੂਰਤ ਆ, ਜਿੱਥੇ ਜਿੱਥੇ ਕੋਈ ਰਹਿੰਦਾ ਵਸਦਾ ਉਹ ਵੀ ਖੂਬਸੂਰਤ ਆ ਅਤੇ ਇਹ ਵੀ ਖੂਬਸੂਰਤ ਆ। ਜਿੱਥੇ ਹੁਣ ਆ ਗਏ ਹਾਂ ਜਿੱਥੇ ਮਤਲਬ ਹੁਣ ਰਹਿਣਾ ਸਾਰੀ ਜ਼ਿੰਦਗੀ ਗੁਜ਼ਾਰਨੀ ਆ, ਸਾਡੇ ਬੱਚਿਆਂ ਦਾ ਸ਼ਹਿਰ ਇਹੀ ਹੋਣਾ ਵਾ, ਸਾਡਾ ਉਹ ਆ, ਅਤੇ ਇਸ ਕਰਕੇ ਦੋਨੋਂ ਸ਼ਹਿਰ ਤੁਹਾਡਾ ਕਾਹਦਾ ਹੋਏ ਮਤਲਬ ਅਸੀਂ ਸਾਡਾ ਬਚਪਨ। ਮਾਮੀ ਲੱਗਣੀ ਚੌਕਾ ਸੁਣਦੀ ਹੁਣ? ਮਾਮੀ ਨਹੀਂ ਲੱਗਦੀ, ਮੇਰੇ ਦਾਦੇ ਦੀਆਂ ਛਾਵਾਂ, ਦਾਦੇ ਦੀਆਂ ਛਾਵਾਂ, ਦਾਦੇ ਦੀਆਂ ਛਾਵਾਂ ਸਾਈਆਂ ਦੀਆਂ, ਅੱਲਾ ਉਹਨਾਂ ਦੀ ਕਿਸਮਤ ਕਰੇ। ਭਰਾ ਤਾਂ ਸਾਡੇ ਹੀ ਆ ਨਾ। ਹਾਂ ਨਹੀਂ ਉਹ ਤਾਂ ਗੱਲ ਠੀਕ ਹੈ, ਪਰ ਮੈਂ ਤੇਰੀ ਅਤੇ ਚੌਕਾ ਦੰਦ ਰਿਸ਼ਤੇ ਦੀ ਗੱਲ ਪਿਆ ਕਰਨਾ। ਅੱਛਾ ਅੱਛਾ ਜੀ ਲੋਕ ਯਹਾਂ ਪੇ ਐਂਡ ਕਰਤੇ ਹੈਂ, ਖੁਦਾ ਹਾਫਿਜ਼, ਫੀ ਅਮਾਨ, ਅੱਲਾ ਹਾਫਿਜ਼।